ਸਤਿ ਸ਼੍ਰੀ ਅਕਾਲ ਪੀਮ ਸਾਥੀਓ ਮੈਂ ਫਲਜਿੰਦਰ ਤੂ ਫੈਨ ਡਾਕਟਰ ਅਮਵੇਦਕਰ ਜੀ ਦੇ ਚੈਨਲ ਤੋਂ ਅੱਜ ਅਸੀਂ ਪਹੁੰਚੇ ਹੋਏ ਹਾਂ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਬਹਿਰਾਮ ਵਿਖੇ ਜਿੱਥੇ ਕਿ ਗੁਰਦੇয়াল ਬੋਧ ਜੀ ਜੋ ਕਿ ਇੰਗਲੈਂਡ ਦੇ ਵਿੱਚ ਰਹਿੰਦੇ ਹੋਏ ਸਮਾਜ ਪ੍ਰਤੀ ਬਹੁਤ ਜ਼ਿਆਦਾ ਚਿੰਤਨ ਨੇ ਉਹਨਾਂ ਦੇ ਘਰ ਅੱਜ ਭੋਜਨ ਸਮਾਜ ਪਾਰਟੀ ਦੀ ਮੀਟਿੰਗ ਹੋਈ ਆ ਔਰ ਮੇਰੇ ਨਾਲ ਨੇ ਲਾਲਚੰਦ ਓਜਲਾ ਜੀ ਜੋ ਕਿ ਜ਼ੋਨ ਇੰਚਾਰਜ ਜਲੰਧਰ ਦੇ ਔਰ ਮੇਰੇ ਨਾਲ ਨੇ ਕਾਉਂਸਲਰ ਸਾਹਿਬ ਸ਼੍ਰੀ ਰਮੇਸ਼ ਕੌਲ ਜੀ ਜੋ ਕਿ ਹਲਕਾ ਖੰਡੂਰ ਸਾਹਿਬ ਦੇ ਇੰਚਾਰਜ ਨੇ ਔਰ ਹੁ ਆਵੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਅੱਜ ਦੀ ਜੋ ਤੁਹਾਡੀ ਇੱਥੇ ਮੀਟਿੰਗ ਹੋਈ ਆ ਇਹ ਇਹਦੇ ਮਤਲਬ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਅੱਜ ਅਸੀਂ ਮਨਜੋਗ ਸ੍ਰੀ ਗੁਰਦਿਆਰ ਬੋਧੀ ਦੇ ਕਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਜਮੇ ਸਰ ਸਾਥੀ ਇਕੱਠੇ ਹੋਏ ਆਂ ਔਰ ਇੱਥੇ ਬੈਠ ਕੇ ਅਸੀਂ ਅੱਜ ਬਹੁਜਨ ਸਮਾਜ ਪਾਰਟੀ ਦੇ ਅੰਦਰ ਜੋ 2019 ਦਿੰਦਰ ਇਲੈਕਸ਼ਨ ਹੋਣ ਜਾ ਰਾਇਆ ਲੋਕ ਸਭਾ ਦੇ ਉਹਦੇ ਵਿੱਚ ਅਸੀਂ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਅਸੀਂ ਵਿਚਾਰਾ ਕੀਤੀਆਂ ਕਿ ਅਸੀਂ ਲੋਕਾਂ ਦੇ ਅੰਦਰ ਸਰਬ ਸਮਾਜ ਦੇ ਲੋਕਾਂ ਦੇ ਅੰਦਰ ਵੱਖ-ਵੱਖ ਜਨ ਸਮਾਜ ਪੜੇ ਦੀ ਵਿਚਾਰਧਾਰਾ ਨੂੰ ਕਿਵੇਂ ਲੈ ਕੇ ਜਾਣਾ ਉਹਦੇ ਬਾਰੇ ਡਿਸਕਸ਼ਨ ਹੋਈ ਜਿਹਦੇ ਵਿੱਚ ਪਬਲਿਕ ਮੀਟਿੰਗਾਂ ਔਰ ਕੈਂਪਾਂ ਦਾ ਜਰੀਏ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਸਾਡੀ ਰਣਨੀਤੀ ਬਣੀ ਹੈ ਤੇ ਸਾਰੇ ਸਾਥੀ ਜਿਹੜੇ ਨੇ ਚਿੰਤਤ ਨੇ ਕਿਉਂਕਿ ਦੇਸ਼ ਦੇ ਅੰਦਰ ਆਜ਼ਾਦੀ ਤੋਂ ਬਾਅਦ ਜੋ ਪਰਮ ਪੂਜਯੇ ਬਾਬਾ ਸਾਹਿਬ ਡਾਕਟਰ ਪਿਮਰਾਵ ਅੰਬੇਡਕਰ ਸਾਹਿਬ ਭਾਰਤ ਦਾ ਸੰਵਿਧਾਨ ਲਿਖਣ ਦਾ ਜਿਨ੍ਹਾਂ ਨੂੰ ਮੌਕਾ ਮਿਲਿਆ ਹੈ ਜਿਨ੍ਹਾਂ ਨੇ ਇਸ ਭਾਰਤ ਦੇ ਸਮੁੱਚੇ ਲੋਕਾਂ ਨੂੰ ਮਨੁੱਖੀ ਅਧਿਕਾਰ ਦਿੱਤੇ ਸੀ ਪਰ ਦੇਸ਼ ਦੀਆਂ ਸਰਕਾਰਾਂ ਨੇ 70 ਸਾਲ ਦੀ ਆਜ਼ਾਦੀ ਤੋਂ ਬਾਅਦ ਬਣੀਆਂ ਸਰਕਾਰਾਂ ਨੇ 바ਵਾ ਸਾਹਿਬ ਡਾਕਟਰ ਅੰਬेडकर ਸਾਹਿਬ ਦੇ ਬਣਾਏ ਹੋਏ ਦੁਆਰਾ ਜਿਹੜਾ ਅਧਿਕਾਰਾਂ ਦਾ ਜਿਹੜਾ ਕਾਨੂੰਨ ਸੀਗਾ ਉਹਨੂੰ ਲਾਗੂ ਕਰਨ ਦੀ ਬਜਾਏ ਅੱਜ ਇੱਕ ਇੱਕ ਕਰਕੇ ਜਿਹੜਾ ਅਧਿਕਾਰ ਖੋਇਆ ਜਾ ਰਿਹਾ ਜਿਵੇਂ ਕਿ ਸਭ ਤੋਂ ਪਹਿਲਾ ਹਮਲਾ 1985 ਦੇ ਅੰਦਰ ਕਾਂਗਰਸ ਪਾਰਟੀ ਨੇ ਜੋ ਬਾਬਾ ਸਰਕਟੰਬੜ ਕਰਨੇ ਸਾਨੂੰ ਦੇਸ਼ ਦੇ ਅੰਦਰ ਮੂਲ ਵਾਸੀ ਲੋਕਾਂ ਨੂੰ ਵਿੱਦਿਆ ਦਾ ਅਧਿਕਾਰ ਲੈ ਕੇ ਦਿੱਤਾ ਸੀ ਭਾਰਤ ਇੰਦਰ ਪ੍ਰਾਈਵੇਟ ਐਂਡ ਗਲੋਬਲ ਇੰਡਸਟਰੀ ਕਾ ਲਾਗੂ ਕਰਕੇ ਉਹਨਾਂ ਨੇ ਸਾਡੇ ਕੋਲ ਅਸਿੱਧੇ ਤੌਰ ਦੇ ਉਤੇ ਵਿੱਦਿਆ ਦਾ ਅਧਿਕਾਰ ਖੋਇਆ ਗਿਆ ਔਰ ਇਸ ਤੋਂ ਬਾਅਦ ਅੱਜ ਹਾਲਾਤ ਅਜਿਹੇ ਪੈਦਾ ਹੋ ਗਏ ਕਿ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਅੱਜ ਸਾਡੇ ਬੱਚੇ ਐਜੂਕੇਟਡ ਹੋਣ ਦੀ ਬਜਾਏ ਅੱਜ ਅਨਪੜ ਜਿਹੜੇ ਜਾ ਰਹੇ ਨੇ ਕਿ ਪੰਜਾਬ ਸਰਕਾਰ ਔਰ ਦੇਸ਼ ਸਰਕਾਰ ਨੇ ਪਾਲਿਸੀ ਬਣਾ ਦਿੱਤੀ ਹੈ ਕਿ ਪਹਿਲੀ ਤੋਂ ਲੈ ਕੇ 8ਵੀਂ ਤੱਕ ਕਿਸੇ ਬੱਚੇ ਨੂੰ ਫੇਲ ਨਹੀਂ ਕਰਨਾ ਔਰ ਇਸ ਕਰਕੇ ਇਸ ਨੀਤੀ ਦੇ ਕਾਰਨ ਅੱਜ ਸਾਡੇ ਬੱਚੇ ਅਨਪੜ ਜਿਹੜਿਆ ਹੋ ਰਹੇ ਨੇ ਔਰ ਪਹਿਲਾਂ ਸਾਡਾ ਇੱਕ ਗਰੀਬ ਦਾ ਬੱਚਾ ਜਿਹੜਾ ਉਹ ਡਾਕਟਰ ਅਨਿਰਮ ਵਕੀਲ ਬਣਿਆ ਦੱਸ ਸਕਾ ਪਰ ਅੱਜ ਸਾਡਾ ਜਿਹੜਾ ਆਰਥਿਕ ਪੱਖੋਂ ਜਾਰਾ ਜਿਹੜਾ ਸਾਥੀ ਜਿ ਮਜ਼ਬੂਤ ਹੈ ਅੱਜ ਉਹਦਾ ਬੱਚਾ ਵੀ ਜਿਹੜਾ ਡਾਕਟਰ ਅਨਿਰਮ ਵਕੀਲ ਬਣ ਦੇ लायक ਨਹੀਂ ਰਿਹਾ ਇਸ ਕਰਕੇ ਸਾਨੂੰ ਪੂਰੀ ਆਸ ਹੈ ਜਿਵੇਂ ਉੱਤਰ ਪ੍ਰਦੇਸ਼ ਦੇ ਅੰਦਰ ਭਾਜਪਾ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਪੈਣ ਕੁਮਾਰੀ ਮਾਇਵਤੀ ਜੀ ਨੇ ਜੂਪੀ ਦੇ ਅੰਦਰ ਚਾਰ ਵਾਰੀ ਸਰਕਾਰ ਬਣਾ ਕੇ ਉੱਥੇ ਦੇ ਸਾਰੇ ਵਰਗ ਦੇ ਲੋਕਾਂ ਦੇ ਵਾਸਤੇ ਵਿੱਦਿਆ ਦੇ ਲਈ ਰੁਜ਼ਗਾਰ ਦੇ ਲਈ ਅਨਪੜਤਾ ਨੂੰ ਖਤਮ ਕਰਨ ਕਰ ਗਏ ਔਰ ਉੱਥੇ ਭਾਜਪਾ ਸਮਾਜ ਦੇ ਮਹਾਪੁਰਚਾਂ ਦਾ ਮਾਨ ਸਨਮਾਨ ਜੋ ਕੀਤਾ ਔਰ ਇਸ ਕਰਕੇ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਸੁਨੇਹਾ ਗਿਆ ਕਿ ਜੇ ਪੂਰੇ ਭਾਰਤ ਵਰਸਤੇ ਲੋਕਾਂ ਦੇ ਕੋਈ ਹਰ ਖੇਤਰ ਦੇ ਅੰਦਰ ਵਿਕਾਸ ਕਰ ਸਕਦਾ ਨੀਤੀ ਬਣਾ ਸਕਦਾ ਤਾਂ ਇਸ ਵੇਲੇ ਦੇਸ਼ ਦੇ ਅੰਦਰ ਇੱਕੋ ਇੱਕ ਨੇਤਾ ਬੌਝਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਵਤੀ ਜੀ ਇਸ ਕਰਕੇ ਅਸੀਂ ਉਹਨਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਸਾਥੀ ਗੁਰਦੇਵਰ ਬੋਲ ਜੀ ਨੇ ਜਿੱਥੇ ਬਾਹਰ ਰਹਿ ਕੇ ਸਾਡੇ ਇਸ ਅੰਦੋਲਨ ਲਈ ਹਮੇਸ਼ਾ ਜਿਹੜਾ ਸਾਥ ਦਿੱਤਾ ਆਰਥਿਕ ਪੱਖੋਂ ਵੀ ਸਾਨੂੰ ਦਿੱਤਾ ਔਰ ਹਰ ਤਰੀਕੇ ਨਾਲ ਸਾਡਾ ਸਾਥ ਦੇ ਰਹੇ ਨੇ ਔਰ 2019 ਦੇ ਅੰਦਰ ਸਾਨੂੰ ਦੇਸ਼ ਦੇ ਅੰਦਰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਉਹਨਾਂ ਨੇ ਬੌਝਨ ਸਮਾਜ ਪਾਰਟੀ ਦੇ ਬਲੋਂ ਜਿਹੜਾ ਉਹਨਾਂ ਨੇ ਸਾਨੂੰ ਜਿਹੜਾ ਇਹ ਪ੍ਰੋਜੈਕਟ ਦਿੱਤੇ ਨੇ ਔਰ ਦਿਨਾਂ ਦੇ ਨਾਲ ਅਸੀਂ ਪੈਣ ਕੁਮਾਰੀ ਮਾਇਵਤੀ ਨੇ ਜੂਪੀ ਦੇ ਵਿੱਚ ਜੋ ਉਹਨਾਂ ਨੇ ਸਮਾਜ ਦੇ ਲੋਕਾਂ ਦੇ ਵਾਸਤੇ ਸਰਫ ਸਮਾਜ ਦੇ ਲੋਕਾਂ ਦੇ ਵਾਸਤੇ ਕੰਮ ਕੀਤੇ ਨੇ ਔਰ ਉਹਨਾਂ ਨੂੰ ਅਸੀਂ ਜਨ ਜਨ ਤੱਕ ਲਿਖ ਜਾਵਾਂਗੇ ਔਰ ਲੋਕਾਂ ਨੂੰ ਭਰੋਸਾ ਦਿਵਾਵਾਂਗੇ ਕਿ ਇੱਕ ਮੌਕਾ ਜਿਹੜਾ ਜ਼ਰੂਰ ਭੋਜਨ ਸਮਾਜ ਪਾਰਟੀ ਨੂੰ ਦਿਓ ਅਗਰ ਦੇਸ਼ ਦੇ ਅੰਦਰ ਪੈਣ ਕੁਮਾਰੀ ਮਾਇਵਤੀ ਜੀ ਇਹਨਾਂ 5 ਸਾਲਾਂ ਵਿੱਚ ਦੇਸ਼ ਦਾ ਵਿਕਾਸ ਨਾ ਕਰ ਸਕੀ ਜ਼ਿੰਦਗੀ ਦੇ ਅੰਦਰ ਕਦੇ ਵੀ ਭੋਜਨ ਸਮਾਜ ਪਾਰਟੀ ਨੂੰ ਬੋਟ ਨਹੀਂ ਆ ਪਾਇਓ ਤਾਂ ਇਹੋ ਜੇ ਅਸੀਂ ਕਨਵਿੰਸ ਕਰਕੇ ਲੋਕਾਂ ਨੂੰ ਤਿਆਰ ਕਰਾਂਗੇ ਔਰ ਸਾਨੂੰ ਬੜੀ ਖੁਸ਼ੀ ਆ ਕੇ ਅਸੀਂ ਪਿੰਡ-ਪਿੰਡ ਜਾ ਰਹੇ ਨੇ ਬੂਤਪੱਦਰ ਦੇ ਜਾ ਰਹੇ ਆ ਹਰ ਜਾਤੀ ਹਰ ਧਰਮ ਦੇ ਲੋਕ ਜਿਹੜੇ ਨੇ ਬਾਦ ਜਨ ਸਮਾਜਪਾੜ ਦੇ ਮਜਬੂਤ ਕਰਨ ਵਿੱਚ ਸਾਡਾ ਸਾਥ ਦੇ ਰਹੇ ਨੇ ਔਰ ਸਾਨੂੰ ਪੂਰਨ ਆਸ ਹੈ ਕਿ 2019 ਦੇ ਬਾਅਦ ਜਿਹੜਾ ਇੱਥੇ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਮਾਇਆਵਤੀ ਸੁਵਾਈ ਹੋਰ ਕੋਈ ਨਹੀਂ ਬਣੇਗਾ ਔਰ ਇਸ ਕਰਕੇ ਮੈਂ ਸਾਰੇ ਸਾਥੀਆਂ ਦਾ ਔਰ ਜਿੰਨੇ ਵੀ ਕਾਰਜਕਰਤਾ ਇੱਥੇ ਪਹੁੰਚੇ ਆ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਔਰ ਉਹਨਾਂ ਨੂੰ ਅਪੀਲ ਕਰਦਾ ਕਿ ਮਲੋ ਆਪਣਾ ਜਿਹੜਾ ਸਮਾ ਫੀਲਡ ਵਿੱਚ ਜਾ ਕੇ ਜਦਾ ਲੜਨ ਧੰਨਵਾਦ ਜੈਪੀਨ ਜੈ ਪਰਮ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸੋ ਇਸੇ ਤਰ੍ਹਾਂ ਹੀ ਸਮਾਜ ਦੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਸਬਸਕ੍ਰਾਈਬ ਜ਼ਰੂਰ ਦਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈਪੀ